ਸ਼ੁਕਰਾਨੇ ਜਲੂਸ ਬਰਾਮਦ ਕਰਨ, ਅਲਮ ਬਰਾਮਦ ਕਰਨ ਤੇ ਮੁੱਲਾ ਨੇ ਇਸ ਗੱਲ ਦੀ ਕਿਹੜੀ ਤਕਲੀਫ ਹੈ? ਮਾਤਮ ਗਾਜ਼ੀ ਦੇ ਨੌਕਰ, ਗਾਜ਼ੀ ਦੇ ਮਾਤਮੀ ਆਪਣੇ ਸੀਨੇ ਤੇ ਕਰਨ, ਅਲਮ ਅਸੀਂ ਘਰੋਂ ਕੱਢੀਏ, ਮਾਤਮੀ ਸਾਡੇ, ਮੁੱਲਾ ਨੇ ਇਸ ਗੱਲ ਦੀ ਕਿਹੜੀ ਤਕਲੀਫ ਹੈ? ਸਰ ਚਾਹੋ ਤੇ ਸੱਤਰ ਸੁਣੋ, ਜੱਡਾ ਮੋਮਿਨ ਅਲਮ ਕੁਝ ਝੁਕਦਾ ਹੈ, ਆਖਰੀ ਸੱਤਰ ਬੜੀ ਪਿਆਰੀ ਸੱਤਰ। ਹਰ ਬੰਦੇ ਦੇ ਮੁਸ਼ਾਹਦੇ ਦੀ ਬਾਤ ਹੈ, ਮਿੰਬਰ ਹੁਸੈਨ ਹੈ, ਜਿਹੜਾ ਬੰਦਾ ਇੱਥੇ ਝੂਠ ਬੋਲੇ ਉਹ ਬੰਦਾ ਲਾਂਤੀ ਹੈ। ਬੁਲਵਾ ਲੈ, ਮੈਂ ਸਿਰਫ ਤੁਹਾਡੀਆਂ ਦੁਆਵਾਂ ਦਾ ਸਦਕਾ, ਮੈਂ ਕੋਈ ਜ਼ਾਕਰੀ ਨਹੀਂ ਵਿਖਾ ਰਿਹਾ, ਬਤੂਲ ਦੀ ਦੀਦੀ ਕਰਮ ਨਿਵਾਦੀ ਹੈ। ਮੈਂ ਇਸ ਸੱਤਰ 'ਤੇ ਪੂਰੇ ਮੁਲਕ 'ਚ ਮਜਲਸਾਂ 'ਤੇ ਜਸ਼ਨ ਮੁਕਾਇਲ,
ਜਿਹੜਾ ਗਾਜ਼ੀ ਦਾ ਨੌਕਰ ਆਏ ਬੈਠੇ ਜਸ਼ਨ 'ਚ, ਬਾਤ ਦੀ ਸਮਝ ਆ ਗਈ, ਤੁਸੀਂ ਪੈਰਤ ਖਲੋ ਕੇ ਦਾਦ ਦੇਵੋ, ਮੇਰੀ 70 ਵਧਣੀ ਹੈ, ਤੁਹਾਡੀ ਦਾਦ ਘੱਟ ਹੈ। ਅਤਾ ਇਹ ਬਤੂਲ ਦੀ ਦੀਦੀ ਕਰਮ ਨਿਵਾਜ਼ੀ ਦੀ ਕੋਈ ਫਖਰ ਨਹੀਂ, ਹਰ ਬੰਦੇ ਦੇ ਮੁਸ਼ਾਹਦੇ ਦੀ ਬਾਤ ਹੈ। ਜਦਨ ਪਹਿਲੀ ਦਫ਼ਾ ਪੀਰ ਅਸਲ ਸ਼ਾਹ ਜੀ ਕਿਸੇ ਘਰ 'ਚੋਂ ਅਲਾਮ ਬਰਾਮਦ ਹੁੰਦੇ ਅਤੇ ਕੁਝ ਬੰਦੇ ਰਸਤੇ 'ਚ ਆ ਜਾਂਦੇ, ਉਹ ਆਖਦੇ ਨੇ ਅਸਾਂ ਕਸਮ ਚੁੱਕੀਏ, ਅਸਾਂ ਕੁਰਾਨ ਚੁੱਕੀਏ ਕਿ ਅਸੀਂ ਇਹ ਅਲਾਮ ਨਿਕਲਣ ਨਹੀਂ ਦੇਣਾ। ਡਰ ਗਏ ਉਹ ਬੁਲਵਾਲ ਦੇ ਚੋਣਵੇਂ ਅਦਾਦਾਰ, ਉਹ ਇਲਾਕੇ ਦਾ ਮਜਮੇ, ਸਿਰਫ ਬੁਲਵਾਲ ਦਾ ਨਹੀਂ, ਜ਼ਿਲ੍ਹੇ ਸਰਗੋਧੇ ਦੇ ਲੋਕ ਬਲਕਿ ਪੂਰੇ ਪੰਜਾਬ ਦੇ ਲੋਕ ਆਏ ਬੈਠੇ ਦੂਰ ਦੂਰ ਤੋਂ। ਹਰ ਬੰਦੇ ਦੇ ਮੁਸ਼ਾਹਦੇ ਦੀ ਬਾਤ 'ਤੇ ਪਹਿਲੀ ਦਫ਼ਾ ਕਿਸੇ ਘਰ 'ਚੋਂ ਭਾਈ ਜਾਨ ਜਲੂਸ ਬਰਾਮਦ ਹੋਵੇ, ਅਲਮ ਬੰਦੇ ਰਸਤੇ ਡੱਕ ਲੈਂਦੇ, ਬੰਦੇ ਆਦਮ ਜੀ ਅਸਾਂ ਕਸਮ ਚੁੱਕੀਏ, ਅਸਾਂ ਕੁਰਾਨ ਚੁੱਕੀਏ ਕਿ ਅਸੀਂ ਇਹ ਅਲਮ ਨਿਕਲਣ ਨਹੀਂ ਦੇਣਾ। ਆਓ ਇਸ ਬਾਤ ਮੈਂਬਰ 'ਤੇ ਖੜ ਕੇ ਉਹਨਾਂ ਲੋਕਾਂ ਨੂੰ ਚੈਲੰਜ ਕਰਕੇ ਗੱਲ ਕਰੀ, ਆਖਰ ਭਾਵੇਂ ਮੁੱਲਾ ਕੁਰਾਨ ਕੁ ਚੁੱਕਿਆ ਸਰ ਜਵੀ, ਫਿਰ ਵੀ ਅਲਮ ਅਬਾਸ ਨਹੀਂ ਰੁਕਿਆ, ਸਿਮਰ ਕੋਲੂ ਨਹੀਂ ਝੁਕਿਆ ਅਲਮ ਮੇਰੇ ਮੂਹਰ ਸਦਗਾ ਅਲੀ ਨਾਲ ਕਾਲੇ ਨਾਰੇ ਵਸਤੀ।